ਮਨਜੀਤ ਮਾਨ ਦੀ ਮਿੰਨੀ ਕਹਾਣੀ ਪਰਵਾਸੀ ਪਰਸ਼ੋਤਮ ਨੂੰ ਪਿੰਡ 'ਚ ਦੁਕਾਨ ਕਰਦਿਆਂ 20 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸੀ ਪਿੰਡ 'ਚ ਭਾਵੇਂ ਦੁਕਾਨਾਂ ਤੋਂ ਹੋਰ ਵੀ ਕਈ ਸਨ ਪਰ ਵੱਧ ਗਾਹਕ ਪਰਸ਼ੋਤਮ ਦੀ ਦੁਕਾਨ ਤੇ ਪੈਂਦਾ ਸੀ ਕਿਉਂਕਿ ਇੱਕ ਤਾਂ ਉਹਦੀ ਦੁਕਾਨ ਪਿੰਡ ਦੇ ਵਿੱਚ ਘਾਰ ਸੀ ਤੇ ਦੂਜਾ ਪਿੰਡ 'ਚ ਉਹਦੀ ਪੁਰਾਣੀ ਪੜਤ ਬਣੀ ਹੋਣ ਕਰਕੇ ਲੋਕੋ ਦੀ ਦੁਕਾਨ ਤੇ ਹੀ ਵੱਧ ਆਉਂਦੇ ਸਨ ਉਨੇ ਇਸ ਛੋਟੀ ਜੀ ਦੁਕਾਨ ਦੇ ਆਸਰੇ ਹੀ ਤਾਂ ਚੰਗਾ ਕਾਰੋਬਾਰ ਬਣਾ ਲਿਆ ਸੀ ਤੇ ਆਪਣੇ ਜਵਾਕ ਵੀ ਵਧੀਆ ਸਕੂਲਾਂ 'ਚ ਪੜਾ ਲਏ ਸਨ ਪਰ ਪਿਛਲੇ ਕੁਝ ਮਹੀਨਿਆਂ ਤੋਂ ਨੇੜਲੇ ਸ਼ਹਿਰ ਤੋਂ ਪਰਵਾਸੀ ਮਜ਼ਦੂਰ ਸਬਜ਼ੀ ਤੇ ਹੋਰ ਨਿੱਕ ਸੁੱਕ ਰੇੜੀਆਂ ਤੇ ਲਿਆ ਕੇ ਗਲੀ ਗਲੀ ਚ ਆ ਕੇ ਵੇਚਣ ਲੱਗ ਪਏ ਸੀ ਜਿਸ ਕਰਕੇ ਉਹਦੀ ਦੁਕਾਨ ਦੇ ਨਾਲ ਦੂਜੀਆਂ ਦੁਕਾਨਾਂ ਵਾਲਿਆਂ ਤੇ ਵੀ ਅਸਰ ਪੈ ਰਿਹਾ ਸੀ ਜਦ ਨਿਤ ਆਮਦਨ 'ਚ ਫਰਕ ਪੈਣ ਲੱਗਾ ਉਹਨੇ ਦੂਜੇ ਦੁਕਾਨਦਾਰਾਂ ਨਾਲ ਰਲ ਕੇ ਪਿੰਡ 'ਚ ਰੌਲਾ ਪਵਾਤਾ ਕਿ ਸ਼ਹਿਰ ਤੋਂ ਆਂਦੇ ਰੇੜੀਆਂ ਵਾਲੇ ਪ੍ਰਵਾਸੀ ਮਜ਼ਦੂਰ ਗਲੀਆਂ ਸੜੀਆਂ ਸਬਜ਼ੀਆਂ ਤੇ ਖਰਾਬ ਵਸਤਾਂ ਲਿਆ ਕੇ ਪਿੰਡ 'ਚ ਵੇਚਦੇ ਹਨ ਜਦ ਪਿੰਡ 'ਚ ਰੌਲਾ ਵਧਨ ਕਰਕੇ ਪੰਚਾਇਤ ਨੇ ਵੀ ਲੋਕਾਂ ਮਗਰ ਲੱਗ ਕੇ ਮਤਾ ਪਾਤਾ ਕਿ ਪਿੰਡੇ 'ਚ ਕਿਸੇ ਬਾਹਰੀ ਰੇੜੀ ਵਾਲੇ ਨੂੰ ਨਹੀਂ ਵੜਨ ਦਿੱਤਾ ਜਾਏਗਾ ਇਸ ਮਸਲੇ ਨੂੰ ਨਿਬੜਿਆ ਜੀ ਹਫਤਾ ਵੀ ਨਹੀਂ ਸੀ ਹੋਇਆ ਕਿ ਅੱਜ ਪਰਸ਼ੋਤਮ ਨੂੰ ਆਪਣੇ ਆਸਟ੍ਰੇਲੀਆ ਗਏ ਪੁੱਤ ਦਾ ਫੋਨ ਆਇਆ ਸੀ ਉਹ ਕਬਰਾਈ ਆਵਾਜ਼ ਪਰਸ਼ੋਤਮ ਨੂੰ ਦੱਸ ਰਿਹਾ ਸੀ ਕਿ ਬਾਪੂ ਕੱਲ ਸਵੇਰੇ ਸਟੋਰ ਤੇ ਆ ਕੇ ਦੋ ਤਿੰਨ ਕਾਬ ਪੋਸ਼ਾ ਨੇ ਮੇਰੇ ਤੇ ਹਮਲਾ ਕਰ ਦਿੱਤਾ ਮੈਨੂੰ ੱੱਕੇ ਮੁੱਕੇ ਮਾਰ ਕੇ ਕਹਿੰਦੇ ਤੁਸੀਂ ਪ੍ਰਵਾਸੀਆਂ ਨੇ ਸਾਡੇ ਲੇਬਰ ਰੇਟ ਖਰਾਬ ਕਰਤੇ ਨਿਕਲੋ ਸਾਡੇ ਦੇਸ਼ ਚੋਂ ਉਹਦਾ ਮੁੰਡਾ ਲਗਾਤਾਰ ਬੋਲੀ ਜਾ ਰਿਹਾ ਸੀ ਪਰ ਪਰਸ਼ੋਤਮ ਫੋਨ ਕੰਨ ਨਾਲ ਲਾਈ ਬੁੱਤ ਬਣ ਖੜਾ ਪ੍ਰਵਾਸੀ ਹੋਣ ਦੇ ਅਰਥ ਲੱਭ ਰਿਹਾ ਸੀ ਧੰਨਵਾਦ